ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਾਰਿਆਂ ਨੂੰ ਵੈਲਕਮ ਤੁਹਾਡਾ ਸਾਡੇ ਚੈਨਲ ਦੇ ਵਿੱਚ। ਅੱਜ ਦੋਸਤੋ ਬਣਾਵਾਂਗੇ ਆਪਾਂ ਜਲੇਬੀ। ਦੇਖੋ ਦੋਸਤੋ, ਕ੍ਰਿਸਪੀ ਜਲੇਬੀ ਬਣਾਵਾਂਗੇ ਅੱਜ। ਉਹਦੇ ਲਈ ਲਿਆ ਅਸੀਂ ਇੱਕ ਫਰਾਈ ਵੀਲ, ਇੱਕ ਕੱਪ ਚੀਨੀ, ਅਤੇ ਨਾਲ ਹੀ ਇਹਦੇ 'ਚ ਇੱਕ ਕੱਪ ਪਾਵਾਂਗੇ ਪਾਣੀ। ਹਾਈ ਫਲੇਮ 'ਤੇ ਇਹਨੂੰ ਕਰ ਲਾਂਗੇ ਗਰਮ। ਇਹਦੀ ਬਣਾਵਾਂਗੇ ਅਸੀਂ ਚਾਸ਼ਣੀ, ਅਤੇ ਥੋੜ੍ਹਾ ਕਰਾਂਗੇ ਐਡ ਵਿੱਚ ਕਲਰ। ਰੰਗ ਪਾਇਆ ਹੈ, ਥੋੜ੍ਹਾ ਪਾਵਾਂਗੇ ਜੀ ਦੋਸਤੋ ਇਹਦੇ 'ਚ ਕੇਸਰ। ਕੇਸਰ ਦੇ ਨਾਲ ਇੱਕ ਵਧੀਆ ਫਲੇਵਰ ਬਣਦਾ, ਟੇਸਟ ਵੀ ਵਧੀਆ ਲੱਗਦਾ, ਅਤੇ ਨਾਲ ਹੀ ਥੋੜ੍ਹਾ ਪਾਵਾਂਗੇ ਹੁਣ ਇਹਦੇ 'ਚ ਆਪਾਂ ਇਲਾਇਚੀ ਪਾਊਡਰ। ਇਹਨੂੰ ਹੁਣ ਆਪਾਂ ਗਰਮ ਹੋਣ ਲਈ ਛੱਡ ਦਾਂਗੇ, ਅਤੇ ਨਾਲੇ ਸਾਡੀ ਚਾਸ਼ਣੀ ਬਣ ਜੂਗੀ, ਅਤੇ ਆਪਾਂ ਉਹਨਾਂ ਚਿਰ ਉੱਧਰ ਦੂਜਾ ਮੈਦਾ ਤਿਆਰ ਕਰਦੇ ਹਾਂ। ਇੱਕ ਪੈਨ ਲਿਆ, ਉਹਦੇ 'ਚ ਪਾਇਆ ਇੱਕ ਕੱਪ ਮੈਦਾ, ਨਾਲ ਥੋੜ੍ਹਾ ਬੇਕਿੰਗ ਪਾਊਡਰ। ਦੋ ਤਕਰੀਬਨ ਮਿਕਸ ਕਰਕੇ ਦੋ ਤਿੰਨ ਚਮਚ ਪਾਵਾਂਗੇ ਵਿੱਚ ਦਹੀਂ ਦੇ। ਕਰ ਲਾਂਗੇ ਪਾਣੀ ਪਾ ਕੇ, ਇਹਦਾ ਇੱਕ ਪੇਸਟ ਬਣਾਵਾਂਗੇ ਆਪਾਂ, ਬਟਰ ਤਿਆਰ ਕਰ ਲਾਂਗੇ। ਇਹ ਉਨਾ ਚਿਰ ਸਾਡੀ ਜਿਹੜੀ ਚਾਹ ਨੇ ਇਹ ਉਬਲਣੀ ਸ਼ੁਰੂ ਹੋ ਗਈ ਬਣਨੀ, ਅਤੇ ਇਹਨੂੰ ਲੋਅ ਫਲੇਮ 'ਤੇ ਅਸੀਂ ਤਿਆਰ ਕਰਦੇ ਰਹਾਂਗੇ ਉਨਾ ਚਿਰ ਉੱਧਰ ਆਪਾਂ ਬਟਰ ਤਿਆਰ ਕਰਦੇ ਹਾਂ। ਤੁਸੀਂ ਕਲਰ ਚਾਰਣੀ ਵੀ ਪਾ ਸਕਦੇ ਹੋ, ਜਾਂ ਫਿਰ ਤੁਸੀਂ ਜਿਹੜਾ ਬੈਟਰ ਤਿਆਰ ਕਰ ਰਹੇ ਉਹਦੇ 'ਚ ਵੀ ਤੁਸੀਂ ਕਲਰ ਪਾ ਸਕਦੇ ਹੋ, ਤੁਹਾਡੀ ਇੱਛਾ ਦੇ ਹਿਸਾਬ ਨਾਲ ਹੈ। ਜਿੱਥੇ ਤੁਸੀਂ ਪਾਉਣਾ ਚਾਹੁੰਦੇ ਉੱਥੇ ਪਾ ਸਕਦੇ। ਅਸੀਂ ਥੋੜ੍ਹਾ ਕਲਰ ਚਾਸਣੀ 'ਚ ਪਾ ਲਿਆ, ਅਤੇ ਥੋੜ੍ਹਾ ਪਾਵਾਂਗੇ ਬਟਰ 'ਚ। ਲਓ ਜੀ ਦੇਖੋ, ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜ੍ਹੀ ਦੇਰ ਲਈ ਰੈਸਟ ਲਈ ਛੱਡ ਦਾਂਗੇ ਇਸਨੂੰ। ਸਾਡੀ ਚਾਸ਼ਣੀ ਇਹ ਪਾਣੀ ਤਿਆਰ ਹੋ ਗਈ, ਸ਼ੁਰੂ ਹੋ ਗਈ। ਇਹਨੂੰ ਆਪਾਂ ਕਾਫੀ ਦੇਰ ਤੱਕ, ਤਕਰੀਬਨ 10-15 ਮਿੰਟ ਤੱਕ ਉਬਾਲ ਕੇ ਚੰਗੀ ਤਰ੍ਹਾਂ ਚੈੱਕ ਕਰ ਲਾਂਗੇ। ਜਦੋਂ ਇਹਦੀ ਤਾਰ ਬਣ ਗਈ ਫਿਰ ਸਾਡੀ ਤਿਆਰ ਹੋ ਜਾਏਗੀ। ਜੇ ਪੈਨ 'ਚ ਰੱਖਿਆ ਇਹ ਤੇਲ, ਇਹ ਜਲੇਬੀਆਂ ਫਰਾਈ ਕਰਾਂਗੇ। ਸਾਡਾ ਪੇਸਟ ਸੀ ਉਹ ਇੱਥੋਂ ਪੰਨੀ ਲਈ ਹੈ, ਪੰਨੀ 'ਚ ਪੂਰਾ ਭਰ ਲਾਂਗੇ। ਦੇਖੋ ਤੁਸੀਂ ਪੂਰਾ ਸਾਫ ਪੰਨੀ, ਤੁਹਾਡੇ ਕੋਲ ਜੋ ਅਵੇਲੇਬਲ ਹੈ, ਪੰਨੀ, ਦੁੱਧ ਦਾ ਪੈਕਟ, ਕੁਛ ਵੀ ਤੁਸੀਂ ਲੈ ਸਕਦੇ ਹੋ, ਸੌਸ ਵਾਲੀ ਬੋਤਲ ਵੀ ਲੈ ਸਕਦੇ ਹੋ, ਜੋ ਤੁਹਾਡੇ ਕੋਲ ਅਵੇਲੇਬਲ ਹੈ। ਭਰ ਲਿਆ ਪੂਰਾ ਅਸੀਂ ਇਹਦੇ 'ਚ, ਪੈਨ ਥੱਲੋਂ ਕੱਟ ਲਾਂਗੇ ਜਿਹੜੀ ਸਾਈਜ਼ ਦੀ ਸਾਨੂੰ ਜਲੇਬੀ ਚਾਹੀਦੀ ਹੈ। ਜਿਹੜਾ ਸਾਡਾ ਤੇਲ ਸੀ ਗਰਮ ਹੋ ਚੁੱਕਿਆ, ਦੇਖੋ ਜੀ ਜਲੇਬੀ ਵਧੀਆ ਸਾਡੀ ਐਨ ਫੁੱਲ ਮੀ ਜਲੇਬੀ ਬਣੇਗੀ। ਦੇਖੋ ਜੀ ਜਲੇਬੀ ਨਾਲ ਦੀ ਨਾਲ ਹੀ ਨਾਲ ਦੀ ਨਾਲ ਚੱਕ ਕੇ ਚਾਸਣੀ 'ਚ ਪਾ ਲੈਣੀ ਦੋਸਤੋ। ਇਹਨੂੰ ਬਹੁਤ ਹੀ ਜਲਦੀ ਪਾਉਣਾ ਪੈਂਦਾ ਹੈ ਤਾਂ ਕਿ ਜਿਹੜੀ ਚਾਸਣੀ ਆ
ਜਿਹੜੀ ਚਾਸ਼ਣੀ ਆ ਉਹ ਦੇਖੋ, ਰਸ ਦੇਖੋ ਤੁਸੀਂ ਜਲੇਬੀ ਦੇ ਵਿੱਚ ਪੂਰਾ ਭਰ ਚੁੱਕਿਆ ਹੈ। ਦੇਖੋ ਇਹ ਅਸੀਂ ਜਲੇਬੀ ਫਸਟ ਟਾਈਮ ਬਣਾ ਰਹੇ ਹਾਂ, ਉਸ ਤੋਂ ਤਾਂ ਕਰਕੇ ਥੋੜ੍ਹੀ ਟੇਢੀ ਬਣੀ ਹੈ। ਚਮਚੇ ਦੀ ਮਦਦ ਨਾਲ ਇਹਨੂੰ ਪਲਟ ਲਾਂਗੇ। ਕਰੋਨਾ ਵਾਇਰਸ ਦੇ ਚੱਲਦਿਆਂ ਬਾਹਰੋਂ ਤਾਂ ਕੁਛ ਲਿਆ ਕੇ ਖਾ ਨਹੀਂ ਸਕਦੇ, ਪਰ ਆਪਣੇ ਘਰ ਤੁਸੀਂ ਬਣਾ ਕੇ ਜੋ ਮਰਜ਼ੀ ਜਿਵੇਂ ਦਾ ਟੇਸਟ ਕਰਕੇ ਖਾ ਸਕਦੇ ਹੋ। ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ, ਨਾਲ ਦੀ ਨਾਲ ਕਮੈਂਟ ਕਰਕੇ ਦੱਸਿਓ। ਹੈਲੋ ਜੀ, ਜਲੇਬੀਆਂ ਬਣ ਕੇ ਰੇਡੀ ਨੇ। ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ, ਅਤੇ ਨਾਲ ਦੀ ਨਾਲ ਕਮੈਂਟ ਕਰ ਦਿਓ ਵੀਡੀਓ ਕਿਵੇਂ ਦੀ ਲੱਗੀ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ। ਮਿਲਦੇ ਹਾਂ ਦੋਸਤੋ ਕਿਸੇ ਹੋਰ ਵੀਡੀਓ 'ਚ।